ਮਰ ਗਈ ਅੱਜ ਇਹਦਾ ਵਿਆਹ ਮਰ ਗਈ ਹੂੰ ਸਾਰੀ ਗਲੀ ਨੂੰ ਹੁਣ ਪਿੱਟਣ ਲੱਗ ਪਈ ਬਾਜੀ ਕੁਛ ਨਹੀਂ ਐਤਕੀ ਹੋਇਆ ਮੈਂ ਬੜੀ ਮੇਰੇ ਤੇ ਪਰੇਸ਼ਾਨੀ ਆ ਮੈਂ ਬੜੀ ਜਦੋਂ ਜੈਦ ਨਾਲ ਆਪਣੇ ਬੱਚੇ ਪਾਲਣ ਨਾਦਾ ਚੁੱਕ ਕਿਤੇ ਦੌੜ ਲਾਈ ਲੋਕਾਂ ਨੇ ਡੱਕਿਆ ਮੁਹੱਲੇ ਵਾਲਿਆਂ ਨੇ ਕਿਹਾ ਕਿ ਅਸੀਂ ਤੁਹਾਡੇ ਖਿਲਾਫ਼ ਇਤਜਾਦ ਨਹੀਂ ਕਰਦੇ ਪਏ ਮੈਂ ਫਿਰ ਵੀ ਖਿਦਮਤ ਕਰਨੀ ਆ ਮੈਂ ਮਾਂ ਸਾਂ ਪਰ ਇਹ ਨਹੀਂ ਸੀ ਕਿ ਮੈਂ ਲੋਕਾਂ ਦੇ ਤਬਾਦਲੇ ਤੇ ਛੱਡੀ ਹੋਈ ਉਹਨੇ ਇੰਜ ਕਰਕੇ ਨਾ ਮਈਏ ਤੇ ਹੱਥ ਰੱਖ ਕੇ ਕਹਿੰਦਾ ਮੈਨੂੰ ਇਹਦੀ ਕਸਮ ਲੱਗੇ ਮੈਂ ਵੀ ਇਸ ਜਗ੍ਹਾ ਦੇ ਉੱਤੇ ਜਾਣਾ ਮੈਂ ਤੁਹਾਡਾ 2 ਦਿਨਾਂ ਬਾਅਦ ਮੁਜਰਮ ਤੁਹਾਨੂੰ ਲੱਭ ਕੇ ਦਾਂਗਾ ਅਸਲਾਮ ਵਾਲੇਕੁਮ ਨਾਜ਼ਰੀਨ ਮੈਂ ਹੂੰ ਏਡੀ ਮਲਕ ਔਰ ਇੱਕ ਵਾਰ ਫਿਰ ਰਾਬਿਆ ਕੀ ਕਹਾਣੀ ਲੇਕਰ ਆਪਕੇ ਸਾਹਮਣੇ ਹਾਜ਼ਰ ਹੁਆ ਹੂੰ ਰਾਬਿਆ ਵੋ ਲੜਕੀ ਥੀ ਜੋ ਪੈਦਾਇਸ਼ੀ ਤੌਰ ਪਰ ਮਾਜ਼ੂਰ ਪੈਦਾ ਹੋਈ ਥੀ ਔਰ ਫਿਰ ਉਸਕੋ ਇਸ ਦੁਨੀਆ ਸੇ ਜਬ ਰੁਖਸਤ ਕੀਆ ਗਿਆ ਤੋ ਉਸਕੇ ਸਾਥ ਇਸ ਕਦਰ ਜ਼ੁਲਮ ਢਾਇਆ ਗਿਆ ਕਿ ਇਨਸਾਨੀਅਤ ਵੀ ਸ਼ਰਮਾ ਜਾਏਗੀ ਮੇਰੇ ਸਾਥ ਰਾਬਿਆ ਕੀ ਵਾਲਿਦਾ ਮੌਜੂਦ ਹੈ ਰਾਬਿਆ ਕੀ ਵੋ ਦੋ ਮਾਜ਼ੂਰ ਬਹਿਨੇ ਜੋ ਪੈਦਾਇਸ਼ੀ ਤੌਰ ਪਰ ਮਾਜ਼ੂਰ ਪੈਦਾ ਹੋਈ ਹੈ ਵੋ ਵੀ ਆਪ ਇਸ ਵੀਡੀਓ ਮੇਂ ਦੇਖ ਸਕਤੇ ਹੈ ਇਨਸੇ ਜਾਣਤੇ ਹੈ ਕਿ ਜਬ ਇਨਕੋ ਪਤਾ ਚਲਾ ਕਿ ਰਾਬਿਆ ਕੀ ਜੋ ਹੈ ਵੋ ਮੌਤ ਹੋ ਚੁੱਕੀ ਹੈ ਔਰ ਉਸਕੀ ਲਾਸ਼ ਇਸ ਕਦਰ ਗੰਦੀ ਔਰ ਬੁਰੀ ਹਾਲਤ ਸੇ ਮਿਲੀ ਹੈ ਤੋ ਇਨ ਪਰ ਕਿਆ ਕਿਆਮਤ ਗੁਜ਼ਰੀ ਹੋਗੀ ਇਨੀ ਸੇ ਜਾਣਤੇ ਹੈ ਮਾਂ ਜੀ ਤੁਹਾਨੂੰ ਤੁਸੀਂ ਦੱਸੋ ਕਿ ਕਿਵੇਂ ਹੋਇਆ ਸੀ ਰਾਬਿਆ ਦੇ ਨਾਲ ਹੈ ਵਾਕਿਆ ਸਾਰਾ ਰਾਬਿਆ ਨਾਲ ਵਾਕਿਆ ਹੋਇਆ 4:30 ਘਰੋਂ ਬੈਠੇ ਅਸੀਂ ਸਬਜ਼ੀ ਬਣਾ ਰਹੇ ਹਾਂ ਆਈ ਹੈ ਅਤੇ ਕਹਿੰਦੀ ਕਿ ਮੈਂ ਪੈਸੇ 50 ਰੁਪਏ ਫੜੇ ਨੇ ਮੈਂ ਕਿਹਾ ਹੁਣ ਕਿੱਥੇ ਚੱਲੀ ਹੈ ਭੈਣ ਲੈ ਕੇ ਆਈ ਆਪਣੇ ਘਰੋਂ ਅਤੇ ਕਹਿੰਦੀ ਮੈਂ ਚੀਜ਼ ਲੈਣ ਚੱਲੀ ਹਾਂ ਮੈਂ ਕਿਹਾ ਆ ਜਾਂਦੀ ਚੀਜ਼ ਲੈ ਕੇ ਅੱਗੇ ਵੀ ਆ ਜਾਂਦੀ ਹੈ ਗਈ ਹੈ ਦੁਬਾਰਾ ਨਹੀਂ ਆਈ ਮੈਂ ਕਿੰਨਾ ਰੋਟੀ ਰੋਟੀ ਬੱਚਿਆਂ ਨੂੰ ਖਵਾ ਕੇ ਅਤੇ ਰੋਜ਼ਾ ਅਸੀਂ ਇਕੱਠੇ ਬੈਠ ਕੇ ਸਾਰੇ ਬੱਚਿਆਂ ਨਾਲ ਮੈਂ ਖੋਲਦੀ ਸਾਂ ਮੈਂ ਕਿਹਾ ਕਿ ਇਹ ਨਹੀਂ ਆਈ ਨਾ ਅਜੇ ਤੱਕ ਮੈਂ ਇੱਧਰ ਉੱਧਰ ਦੇਖਿਆ ਮੈਂ 1-2 ਮੁੰਡਿਆਂ ਨੂੰ ਕਿਹਾ ਮੈਂ ਕਿਹਾ ਦੇਖੋ ਤਾਂ ਲੱਗਣਾ ਰਾਬਿਆਂ 'ਤੇ ਚੌਂਕ ਝੋਣੀਆਂ ਨੂੰ ਲੈ ਵੋ ਉਹ ਕਹਿੰਦੇ ਨੇ ਆਂਟੀ ਨਹੀਂ ਹੈ ਆਂਟੀ ਨਹੀਂ ਹੈ ਫਿਰ ਮੈਂ ਆਪ ਗਈ ਹਾਂ ਮੈਂ ਸ਼ੂਗਰ ਦੀ ਮਰੀਜ਼ ਹਾਂ ਬਲੱਡ ਦੀ ਮੈਂ ਗਈ ਹਾਂ ਜਾ ਕੇ ਦੇਖਿਆ ਮੈਨੂੰ ਰਾਬਿਆਂ ਨਹੀਂ ਨਜ਼ਰ ਆਈ ਅਤੇ ਉੱਧਰ ਨਾ ਚੂੜੀਆਂ ਵਗੈਰਾ ਦਾ ਸਟੋਲ ਵਗੈਰਾ ਲੱਗਾ ਹੋਇਆ ਮੈਂ ਕਿਹਾ ਉੱਥੇ ਕਿਧਰੇ ਬੈਠੀ ਹੋਵੇਗੀ ਰੋਲੀ ਦੇ ਵਿੱਚ ਬਾਜ਼ਾਰ ਵਿੱਚ ਮੈਂ ਉੱਥੋਂ ਤੱਕ ਗਈ ਹਾਂ ਮੈਨੂੰ ਕਿਧਰੇ ਨਹੀਂ ਲੱਭੀ ਇੱਕ ਬੰਦਾ ਕਹਿੰਦਾ ਇਹਨਾਂ ਕਸਾਈ ਦੇ ਫੱਟੇ ਦੇ ਉੱਤੇ ਬੈਠੀ ਹੋਈ ਸੀ ਮੈਂ ਤੰਦੂਰਾਨੇ ਚੌਂਕ 'ਚ ਮੈਂ ਉੱਥੇ ਗਈ ਹਾਂ ਉੱਥੋਂ ਵੀ ਮੈਨੂੰ ਕੋਈ ਨਹੀਂ ਲੱਭੀ ਮੈਂ ਫਿਰ ਆਈ ਹਾਂ ਮੈਂ ਪੁੱਛਿਆ 1-2 ਨੂੰ ਉਹ ਕਹਿੰਦੇ ਨੇ ਨਹੀਂ ਅਸੀਂ ਨਹੀਂ ਦੇਖਿਆ ਮੈਂ ਆ ਗਈ ਹਾਂ ਮੈਂ ਕਿਹਾ ਨਾ ਇੱਧਰ ਸੀਖਾਂ ਕਬਾਬਾਂ ਦਾ ਹੈਗਾ ਵੀ ਉਹਦੇ ਕੋਲ ਬੈਠ ਜਾਂਦੀ ਜਾ ਕੇ ਰੋਟੀ ਰੂਟੀ ਖਾ ਲੈਂਦੀ ਹੁੰਦੀ ਕਿਸੇ ਵੇਲੇ ਮੈਂ ਉਹਦੇ ਕੋਲ ਆਈ ਹਾਂ ਤਾਂ ਕਹਿੰਦਾ ਭਾਬੀ ਇੱਧਰ ਨਹੀਂ ਆਈ ਉਹ ਨਾ ਮੈਂ ਵਾਪਸ ਆ ਗਈ ਹਾਂ ਮੈਂ ਆ ਕੇ ਅਤੇ ਫਿਰ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਰਾਬਿਆ ਮੈਨੂੰ ਨਹੀਂ ਲੱਭੀ ਅਤੇ ਨਾ ਤੁਸੀਂ ਆ ਜਾਓ ਘਰ ਜੀ ਰਾਬਿਆ ਪਹਿਲੇ ਵੀ ਇਸ ਤਰ੍ਹਾਂ ਇਕੱਲੇ ਚਲੇ ਜਾਂਦੀ ਸੀ ਨਾ ਕੋਈ ਹੁਣ ਤੁਹਾਡੇ ਵਰਗੇ ਕਹਿ ਦਿੰਦੇ ਦੁਬਾਰ ਕਰਾਉਣੀ ਹੈ ਆ ਜਾਈ ਰਾਬਿਆ ਜਾਂ ਰਾਬਿਆ ਉਹਨਾਂ ਦੇ ਘਰ ਚਲੀ ਜਾਂਦੀ ਸੀ ਰਾਬਿਆ ਉਹਨਾਂ ਦੇ ਘਰ ਰੋਟੀ ਪਾਣੀ ਖਾਂਦੀ ਸੀ ਬਹਿ ਖਲੋ ਕੇ ਗੱਲਾਂ ਬਾਤਾਂ ਹਰ ਬੰਦਾ ਉਹਨੂੰ ਦਵਾ ਉਹ ਪਾਸੇ ਲੈ ਕੇ ਜਾਂਦਾ ਸੀ ਉਹਦੇ ਹੱਥ ਵਿੱਚ ਕੋਕ ਦੀ ਬੋਤਲ ਉਹਨੇ ਕੋਈ ਕਹਿੰਦਾ ਨਾ ਇੱਕ ਭਾਈ ਬੜਾ ਜਵਾਨ ਜਿਹਾ ਸਹੀ ਐਡੀ ਐਡੀ ਉਹਦੀ ਦਾੜੀ ਸਪੈਰ ਅਤੇ ਉਹਨੂੰ ਉਹਨੇ ਚਪੇਰ ਮਾਰ ਦਿੱਤੀ ਮੈਂ ਲੈ ਕੇ ਆਉਂਦੀ 2-4 ਦਿਨ ਦੀ ਪਹਿਲੇ ਦੀ ਗੱਲ ਉਹਨੂੰ ਚਪੇਰ ਮਾਰੀ ਮੈਂ ਕਿਹਾ ਮੈਨੂੰ ਬੋਲਣ ਲੱਗ ਪਈ ਮੈਂ ਕਿਹਾ ਕਿਉਂ ਬਦਤਮੀਜ਼ੀ ਕਰਨੀ ਉਹ ਭਾਈ ਮੈਨੂੰ ਬਾਬਾ ਕਹਿੰਦਾ ਤੂੰ ਕੌਣ ਹੁੰਦੀ ਇਹਨੂੰ ਕਹਿਣ ਵਾਲੀ ਮੈਂ ਕਿਹਾ ਭਾਜੀ ਇਹਨੇ ਨਾ ਚਪੇਰ ਮਾਰੀ ਹੈ ਅਤੇ ਬੁਰੀ ਗੱਲ ਲੱਗੀ ਹੈ ਕਹਿੰਦਾ ਤੂੰ ਕੌਣ ਮੈਂ ਕਿਹਾ ਮੇਰੀ ਵਾਲਦਾ ਕਹਿੰਦਾ ਤੂੰ ਵਾਲਦਾ ਮੈਂ ਤਾਂ ਚੁੱਪ ਕਰ ਗਿਆ ਇਹ ਤਾਂ ਅੱਲਾ ਲੋਕ ਹੈਗੇ ਨੇ ਕਹਿੰਦਾ ਮੈਂ ਕੱਖੋਂ ਲੱਖ ਹੋ ਗਿਆ ਵਾਂ ਮੈਂ ਬਹੁਤ ਗਰੀਬ ਬੰਦਾ ਸਾਂ ਅੱਲਾ ਦੀ ਰਹਿਮਤ ਹੈ ਮੇਰੇ 'ਤੇ ਇਹ ਤਾਂ ਬੜੇ ਕਰਮਾਂ ਵਾਲੇ ਹੱਥ ਨੇ ਜਿਹੜੇ ਮੈਨੂੰ ਵੱਜਦੇ ਨੇ ਇੰਨੀ ਕੁ ਮੁਹੱਬਤ ਕਰਦੇ ਸੀ ਕਿ 24 ਘੰਟੇ ਇਹ ਕੋਕ ਦੀ ਬੋਤਲ ਉਹਦੇ ਹੱਥ 'ਚ ਲੀਟਰ ਦੀ ਹਾਫ ਲੀਟਰ ਦੀ ਬੋਤਲ ਉਹਦੇ ਆਹ ਬੰਦੇ ਕਹਿੰਦੇ ਨੇ ਰਾਬਿਆ ਸਾਈਂ ਜੀ ਰਾਬਿਆ ਦਾ ਨਾਂ ਘੱਟ ਸਾਈਂ ਜੀ ਇੱਧਰ ਆਵੋ ਬੋਤਲ ਪੀਣੀ ਹੈ ਆਹੋ ਕਾਲੀ ਪੀਣੀ ਇੰਨਾਂ ਨੇ ਹਿਲਾ ਕੇ ਪੀਣੀ ਬੋਤਲ ਜੋ ਕਿ ਆਪ ਉਹਨੂੰ ਬੋਤਲ ਉਹਨੂੰ ਜੂਸ ਉਹਨੂੰ ਖਾਣ ਵਾਲੀਆਂ ਚੀਜ਼ਾਂ ਸਭ ਕੁਛ ਖਾਂਦੀ ਪੀਂਦੀ ਸੀ
ਆਉਂਦੀ ਸੀ ਆ ਕੇ ਫੇਰਾ ਮਾਰ ਕੇ ਖਾ ਪੀ ਕੇ ਫਿਰ ਇੱਧਰ ਗਈ, ਫਿਰ ਆ ਗਈ, ਫਿਰ ਆ ਗਈ, ਫਿਰ ਹੱਥ ਖਾਲੀ ਨਹੀਂ ਉਹਦਾ ਰਹਿੰਦਾ ਸੀ। ਮੈਂ ਕਹਾਂਗੇ ਨਹੀਂ, ਉਹਨੂੰ ਲੋਕ ਦਿੰਦੇ ਸੀ, ਦੁਆ ਕਰਾਉਂਦੇ ਸੀ, ਲੋਕਾਂ ਦੇ ਕੰਮ ਹੁੰਦੇ ਸੀ। ਉਹ ਅੱਲਾਹ ਲੋਕ ਜੀ ਐਸੇ ਕਿ ਜਲਾਦਨ ਸੀ ਕਿ ਜਿਨ੍ਹਾਂ ਦੇ ਪੀਰ ਐਡੇ ਦਾਢੇ ਨੇ, ਮੈਂ ਕਹਿੰਦੀ ਉਹ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਸਜ਼ਾ ਦਿੰਦੇ ਪਏ। ਮਾਂ ਜੀ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਰਾਬਿਆ ਨੂੰ ਕਿਸੇ ਨੇ ਮਾਰ ਕੇ ਨਾਲੇ 'ਚ ਸੁੱਟ ਦਿੱਤਾ ਉਹਦੀ ਜਦੋਂ ਲਾਸ਼ ਤੁਸੀਂ ਵੇਖੀ ਕਿਸ ਤਰ੍ਹਾਂ ਦੀ ਸੀ? ਲੱਗ ਪਈ ਮੈਂ ਪਿੱਟੀ, ਉਹਦੇ ਸਿਰ ਪਰ ਐਕਸੀਡੈਂਟ ਹੋਇਆ, ਨਿਸ਼ਾਨ ਮੈਂ ਵਾਲ ਉਹਦੇ ਕੱਟੇ ਹੋਏ ਸੀ, ਮੁੰਡਿਆਂ ਦੇ ਪੱਬ ਬਣਾਇਆ ਸੀ, ਇਹਦੇ ਤੋਂ ਪਛਾਣੀ ਗਈ ਬੈ ਉਹਦਾ ਇੱਥੇ ਪੇਟ ਆਇਆ, ਉਹਦਾ ਜਿਸਮ ਫੁੱਲ ਗਿਆ ਆ, ਬਦਬੂ ਬਦਬੂ ਆ ਰਹੀ ਸੀ ਉਹਦੇ ਕੋਲੋਂ। ਮੈਂ ਪਿੱਟੀ ਉੱਥੇ ਰੋਈ ਕਿ ਮੇਰੀ ਇਹਦਾ ਪਿਆ, ਉਹਨੇ ਚਾਰ ਸੂਟ ਸਵਾਏ, ਮੈਂ ਉਹਦੇ ਜੁੱਤੀਆਂ ਲੈ ਕੇ ਦਿੱਤੀਆਂ। ਇੰਨੇ ਕੁ ਪਿਆਰ, ਉਹਨੂੰ ਹਰ ਕੰਮ ਦਾ ਸ਼ੌਂਕ ਹੁੰਦਾ ਸੀ, ਜੁੱਤੀ ਕੱਪੜੇ ਦਾ ਹਰ ਚੀਜ਼ ਦਾ ਉਹਨੂੰ ਬੜਾ ਸ਼ੌਂਕ ਹੁੰਦਾ ਸੀ। ਬਾਕੀ ਮੇਰੇ ਧੀ ਦੇ ਨਸੀਬਾਂ 'ਚ ਕੁਛ ਨਹੀਂ ਐਤਕੀ ਹੋਇਆ, ਮੈਂ ਬੜੀ ਮਜ਼ਾ, ਮੇਰੇ ਤਾਂ ਪਰੇਸ਼ਾਨੀ ਆ, ਮੈਂ ਬੜੀ ਜਦੋਂ ਜੈਦ ਨਾਲ ਆਪਣੇ ਬੱਚੇ ਪਾਲਣੇ, ਉਹਦੀ ਰੱਬ ਦੀ ਰਹਿਮਤ ਹੈ ਮੇਰੇ 'ਤੇ, ਜਦੋਂ ਇਹੋ ਜਿਹੀਆਂ ਬੱਚੀਆਂ ਮਿਲੀਆਂ ਹੋਈਆਂ ਮੈਂ ਖਿਦਮਤ ਕਰਦੀ ਹੁੰਦਾ। ਤੁਹਾਡੀਆਂ ਇਸ ਤਰ੍ਹਾਂ ਦੀਆਂ ਕਿੰਨੀਆਂ ਬੱਚੀਆਂ ਸੀ? ਮੇਰੀਆਂ ਚਾਰ ਬੱਚੀਆਂ ਸੀ ਇਸੇ ਤਰ੍ਹਾਂ, ਚਾਰ ਹੀ ਇਸੇ ਤਰ੍ਹਾਂ ਦੀ। ਇਹਦੇ ਤਾਂ ਪੈਰ ਵੀ ਵੇਖੋ ਖਰਾਬ ਸੀ, ਇਹ ਤੁਰ ਹੀ ਨਹੀਂ ਸਕਦੀ ਸਹੀ ਤਰ੍ਹਾਂ, ਮੈਂ ਫਿਰ ਵੀ ਖਿਦਮਤ ਕਰਨੀ ਆ, ਮੈਂ ਮਾਂ ਸਾਂ, ਪਰ ਇਹ ਨਹੀਂ ਸੀ ਕਿ ਮੈਂ ਲੋਕਾਂ ਦੇ ਦਬਾਲੇ 'ਤੇ ਛੱਡੀ ਹੋਈ ਸੀ, ਜਿਸ ਤਰ੍ਹਾਂ ਮੇਰੀ ਬੱਚੀ ਨਾਲ ਜ਼ੁਲਮ ਕੀਤਾ ਗਿਆ। ਮੈਨੂੰ ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੇਰੀ ਬੱਚੀ ਦੇ ਕਾਤਲਾਂ ਨੂੰ ਇਬਰਕਨਾਕ ਸਜ਼ਾ ਮਿਲੀ ਜਾਏ ਚੌਕ ਦੇ ਵਿੱਚ, ਕਿ ਅੱਗੋਂ ਕਿਸੇ ਦੇ ਬੱਚੇ ਨਾਲ ਇਹੋ ਜਿਹਾ ਕੰਮ ਨਾ ਹੋਵੇ। ਅਤੇ ਤੁਹਾਨੂੰ ਪਤਾ ਕਿਵੇਂ ਕਿਸ ਤਰ੍ਹਾਂ ਚੱਲਿਆ ਸੀ ਕਿ ਤੁਹਾਡੀ ਬੱਚੀ ਦੀ ਲਾਸ਼ ਜਿਹੜੀ ਕਿ ਨਾਲੇ ਵਿੱਚ ਪਈ ਹੈ? ਇੱਥੋਂ ਵੀ ਫੋਨ ਆਇਆ ਮੁਰਦੇ ਖਾਨੇ ਕਿ ਨਾ, ਇਹਨਾਂ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਲਾਸ਼ ਤੁਸੀਂ ਪਛਾਣੋ ਆ ਕੇ, ਇਹ ਚਲੇ ਗਏ ਨੇ, ਮੈਨੂੰ ਕਹਿੰਦੇ ਨੇ ਕਿ ਨਾ ਮਰ ਗਈ ਅੱਜ ਰਾਬਿਆ, ਮਰ ਗਈ ਹੂੰ, ਸਾਰੀ ਗਲੀ ਨੂੰ ਹੁਣ ਪਿੱਟਣ ਲੱਗ ਪਈ, ਕੋਈ 100-150 ਬੰਦਾ ਉੱਥੇ ਚਲਾ ਗਿਆ ਮੇਰੇ ਪਿੱਛੇ, ਉੱਥੇ ਜਾ ਕੇ ਦੇਖਿਆ ਐਸ ਐਚ ਸਾਹਿਬ ਵੀ ਪਹੁੰਚ ਗਏ ਨੇ, ਸਾਰੇ ਪਹੁੰਚੇ ਨੇ, ਦੇਖਿਆ ਮੇਰੀ ਬੱਚੀ ਨੂੰ, ਮੈਂ ਕਿਹਾ ਇਹਨੇ ਪੋਸਟਮਾਰਟਮ ਕਰਾਉਣਾ, ਮੈਂ ਤਾਂ ਪੋਸਟਮਾਰਟਮ ਤੋਂ ਬਗੈਰ ਮੈਂ ਬੱਚੀ ਨਹੀਂ ਲੈ ਕੇ ਜਾਣੀ। ਇਹੀ ਕਿਹਾ ਜਾਂਦਾ ਕਿ ਇਹ ਜਿਹੜੇ ਕੇਬਲ ਵਾਲੇ ਨੇ ਇਹਨਾਂ ਦੇ ਕੋਲ 2-2.5 ਘੰਟੇ ਆਪ ਆਪਣੇ ਮੂੰਹ ਕਹਿੰਦੇ ਨੇ ਕਿ 8 ਵਜੇ ਤੱਕ ਬੱਚੀ ਜਿਹੜੀ ਹੈ ਸਾਡੇ ਕੋਲ ਬੈਠੀ ਸੀ, 8 ਵਜੇ ਤੱਕ ਸਾਡੇ ਕੋਲ ਬੱਚੀ ਬੈਠੀ ਸੀ, ਅਸੀਂ ਰੋਜ਼ ਅਫਤਾਰੀ ਕੀਤੀ ਹੈ, ਉਹਨੇ ਵੀ ਕੀਤੀ ਹੈ, ਖਾਣ ਪੀਣ ਤੋਂ ਬਾਅਦ ਇਹ ਅਸੀਂ ਕਿਹਾ ਕਿ ਜਾ ਹੁਣ ਘਰ। ਉਹ ਘਰ ਆਉਣ ਦੇ ਬਜਾਏ ਅੱਗੇ ਵੀ ਤਾਂ ਘਰ ਆਉਂਦੀ ਸੀ, ਬਿਲਕੁਲ ਅੱਗੇ ਵੀ ਖਾਂਦੀ ਪੀਂਦੀ ਆਉਂਦੀ ਜਾਂਦੀ ਸੀ। ਉਸ ਦਿਨ ਕੀ ਹੋ ਗਿਆ, ਉਹ ਬੱਚੀ ਉੱਪਰਾਂ ਨੂੰ ਨਿਕਲ ਗਈ, ਜਿੱਧਰ ਉਹ ਕਦੀ ਗਈ ਨਹੀਂ, ਉਧਰ ਕਦੀ ਨਹੀਂ ਗਈ, ਕਿਸੇ ਬੰਦੇ ਨੇ ਨਹੀਂ ਦੇਖਿਆ ਉਹਨੂੰ। ਯਾਨੀ ਕਿ ਤੁਹਾਨੂੰ ਲੱਗਦਾ ਕਿ ਕੋਈ ਲੈ ਕੇ ਗਿਆ, ਕੋਈ ਲੈ ਕੇ ਗਿਆ ਜਾਂ ਉਹਨੂੰ ਕੋਈ ਨਸ਼ਾ ਵਗੈਰਾ ਦਿੱਤਾ ਗਿਆ, ਜਿਹਦੇ ਵਿੱਚ ਉਹ ਇਕੱਲੇ ਇਹ ਨਜ਼ਰ ਨਹੀਂ ਆਉਂਦੀ ਪਈ ਕਿ ਨਾ ਕੋਈ ਮੋਟਰਸਾਈਕਲਾਂ ਵਾਲੇ ਜਾਂਦੇ ਪਏ, ਕੋਈ ਪਤਾ ਕਿਉਂ ਨੇ ਇੱਥੇ ਕੌਣ, ਉਹ ਇਕੱਲੀ ਇੰਝ ਜਾ ਰਹੀ ਜਾਏ ਲੱਗੀ ਜਾ ਰਹੀ ਹੈ। ਇੱਕ ਮੁੰਡੇ ਨੇ ਕਿਹਾ ਵੇ ਕਿ ਇਹਨੂੰ ਮੈਂ ਦੇਖਿਆ ਅਤੇ ਇੰਝ ਕਰਕੇ ਇੱਕ ਮੁੰਡੇ ਨੇ ਆਉਂਦੇ ਅਤੇ ਇੰਝ ਹੱਥ ਮਾਰਿਆ ਇਹਦੇ ਪਿੰਡੇ 'ਤੇ ਅਤੇ ਉਹਨੂੰ ਗਾਲਾਂ ਕਰਦੀ ਉਹਦੇ ਪਿੱਛੇ ਚਲੀ ਗਈ ਹੈ। ਅੱਛਾ, ਉਸ ਤੋਂ ਬਾਅਦ ਉਹ ਕਹਿੰਦਾ ਮੈਂ ਆਂਟੀ ਘਰ ਆ ਗਿਆ, ਮੈਨੂੰ ਨਹੀਂ ਪਤਾ, ਅਤੇ ਕਹਿੰਦਾ ਮੈਂ ਕਿਹਾ ਉਹਦੇ ਘਰ ਵਾਪਸ ਆ ਗਈ ਹੈ, ਸਾਨੂੰ ਤਾਂ ਪਤਾ ਨਹੀਂ, ਜੇ ਕਹਿੰਦਾ ਮੈਨੂੰ ਪਤਾ ਹੁੰਦਾ ਤਾਂ ਮੈਂ ਉਹਨੂੰ ਵਾਪਸ ਲੈ ਕੇ ਆ ਜਾਂਦਾ ਨਾਲ ਮੋਟਰਸਾਈਕਲ ਤੋਂ ਬਿਠਾ ਕੇ, ਅਤੇ ਕਿਸੇ ਦੇ ਨਾਲ ਗੈਰ ਬੰਦੇ ਨਾਲ ਤੁਸੀਂ ਹੋ ਨਾ, ਹੁਣ ਤੁਹਾਡੇ ਸਾਹਮਣੇ ਉਹਨੇ ਗੱਲ ਕਰ ਲੈਣੀ ਹੱਸ ਕੇ, ਤੁਹਾਡੇ ਨਾਲ ਨਹੀਂ ਉਹਨੇ ਜਾਣਾ, ਜਿਹੜਾ ਵਾਕਫ ਬੰਦਾ ਹੋਏ ਨਾ ਉਹਦੇ ਨਾਲ ਜਾਂਦਾ, ਆਪਣੇ ਮਹੱਲੇ ਵਾਲਿਆਂ ਦੀ ਪਛਾਣ ਸੀ ਉਹਨੂੰ। ਤੇ ਤੁਸੀਂ ਉਹਦੀ ਲਾਸ਼ ਨੂੰ ਪਹਿਚਾਣਿਆ ਕਿੱਥੋਂ ਜੀ? ਕੱਪੜਿਆਂ ਤੋਂ ਪਹਿਚਾਣਿਆ? ਕੱਪੜੇ ਤੋਂ ਵੀ, ਤੇ ਇਹ ਨਾ ਐਕਸੀਡੈਂਟ ਹੋਇਆ ਸੀ, ਇਹ ਉਹਦੇ ਨਾ ਨਿਸ਼ਾਨ ਸੀ ਨੱਕ ਦੇ ਉੱਤੇ, ਇਹ ਅੱਖ ਦੇ ਉੱਤੇ, ਇਹ ਨਿਸ਼ਾਨਾਂ ਤੋਂ ਪਹਿਚਾਣਿਆ? ਨਿਸ਼ਾਨਾਂ ਤੋਂ ਪਹਿਚਾਣਿਆ, ਬੱਚੀ ਮੇਰੀ ਸੀ। ਅੱਛਾ, ਕਿਸੇ ਨੇ ਕਤਲ ਕਰਕੇ ਉਹਦੀ ਲਾਸ਼ ਸੁੱਟੀ ਉੱਥੇ? ਇੱਥੋਂ ਉਹਦੇ ਖੂਨ ਨਿਕਲਣ ਡਿਆ ਸੀ, ਕਿਉਂਕਿ ਲਗਾ ਨੇ ਗਲਾ ਘੁੱਟਿਆ ਜਾਵੇ, ਇਹ ਅੱਖਾਂ ਜਿਹੜੀਆਂ ਨੇ ਉਹਦੀਆਂ ਇੰਨੀਆਂ ਬਾਹਰ ਰਹੀਆਂ ਪਈਆਂ ਸੀ।
ਇੱਥੋਂ ਹਿਸਾਬ ਲੱਗਦਾ ਕਿ ਉਹਨੂੰ ਗਲਾ ਘੁੱਟ ਕੇ ਮਾਰਿਆ ਗਿਆ। ਐਡੀਆਂ ਵੱਡੀਆਂ ਅੱਖਾਂ ਜਿੱਥਾਂ ਬਾਹਰ, ਮਤਲਬ ਵੱਡੇ ਵੱਡੇ ਡੰਗਰਾਂ ਦੀਆਂ ਅੱਖਾਂ ਬਾਹਰ ਹੁੰਦੀਆਂ ਨੇ ਨਾ, ਐਡੀਆਂ ਵੱਡੀਆਂ ਨਹੀਂ ਅੱਖਾਂ। ਕੋਈ ਦੁਸ਼ਮਣੀ ਸੀ ਕਿਸੇ ਦੇ ਨਾਲ? ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਇਸ ਮਹੱਲੇ 'ਚ ਵੀ ਪੁੱਛ ਲੈ ਸਕਦੇ ਨੇ, ਪੁਲਿਸ ਨੇ ਪਤਾ ਵੇ ਕਿ ਕਿੰਨਾ ਮੇਰੀ ਇੱਥੇ ਇਸ ਮਹੱਲੇ 'ਚ ਮੈਂ ਕਦੀ ਇਹਨਾਂ ਨੇ ਕਿਸੇ ਨੇ ਕਿਸੇ ਨੂੰ ਤੰਗ ਕਰ ਵੀ ਦਿੱਤਾ ਨਾ, ਮੈਂ ਕਹਿੰਦਾ ਅੱਛਾ ਚੱਲ। ਉਹਨਾਂ ਕਹਿੰਦਾ ਤੂੰ ਮਾਫੀਆਂ ਕਰ, ਤੂੰ ਮੰਗਣੀ, ਤੁਹਾਨੂੰ ਨਹੀਂ ਪਤਾ ਅੱਲਾ ਲੋਕ ਗਈਆਂ ਨੇ। ਸਾਈ ਲੋਕ ਨੇ ਫਿਰ ਕੀ, ਅੱਛਾ ਚੱਲ ਕੋਈ ਗੱਲ ਨਹੀਂ, ਬੱਚਿਆਂ ਦਾ ਗੁੱਸਾ ਤਾਂ ਆਉਂਦਾ ਹੀ ਹੈ ਨਾ, ਇਹ ਗੱਲ ਕਹਿ ਕੱਢਾ ਅਤੇ ਮੇਰੀ ਉੱਧਰ ਤਾਂ ਕਿਸੇ ਨੇ ਕੋਈ ਗੱਲਬਾਤ ਹੀ ਨਹੀਂ ਹੈ। ਅਤੇ ਕਿਉਂ ਫਿਰ ਇੰਨਾ ਜ਼ੁਲਮ ਕੀਤਾ ਜਾ ਸਕਦਾ ਰਾਬਿਆਂ 'ਤੇ? ਰਾਬਿਆਂ 'ਤੇ ਅੱਲਾ ਹੀ ਜਾਣੇ ਕਿਉਂ ਜ਼ੁਲਮ ਕੀਤਾ ਗਿਆ, ਮੈਨੂੰ ਕੋਈ ਸਮਝ ਨਹੀਂ ਲੱਗਦੀ। ਅਤੇ ਤਕਰੀਬਨ 1.5 ਮਹੀਨਾ ਆਉਣ ਵਾਲਾ ਹੈ, ਅਤੇ ਪੁਲਿਸ ਕੀ ਕਰਦੀ ਹੈ? ਪੁਲਿਸ ਕਿਸੇ ਨਤੀਜੇ 'ਤੇ ਅਜੇ ਤੱਕ ਨਹੀਂ ਪਹੁੰਚੀ। ਜਿਸ ਦਿਨ ਮੇਰੀ ਬੱਚੀ ਫੋਤ ਹੋਈ ਹੈ, ਅਸੀਂ ਕਿਹਾ ਸੀ ਇਤਜਾਦ ਕਰਨਾ, ਅਸੀਂ ਚੌਂਕ ਦੇ ਵਿੱਚ ਰੱਖ ਕੇ ਲਾਸ਼ ਮੇਰੇ, ਤੁਸੀਂ ਜਨਾਜ਼ਾ ਹੈ ਇੰਨਾ ਕਿਸੇ ਵਜ਼ੀਰ ਦਾ ਵੀ ਨਹੀਂ ਹੋਇਆ ਹੋਣਾ, ਇਹ ਗੁਜਰਪੁਰ ਚੌਂਕ ਤੋਂ ਲੈ ਕੇ ਉਹ ਅਗਲੇ ਚੌਂਕ ਤੱਕ ਅਤੇ ਜਨਾਜ਼ਗਾਹ ਤੱਕ ਬੰਦਾ ਹੀ ਬੰਦਾ ਸੀ। ਕਹਿੰਦੇ ਨੇ ਮੈਂ ਤਾਂ ਗਈ ਨਹੀਂ, ਮੈਨੂੰ ਜਾਣ ਹੀ ਨਹੀਂ ਦਿੱਤਾ। ਕਹਿੰਦੇ ਨੇ ਕਿ ਇੰਨਾ ਕੁ ਜਨਾਜ਼ਾ ਕਦੀ ਕਿਸੇ ਦੀਆਂ ਸੂਰਤਾਂ ਨਹੀਂ ਵੇਖੀਆਂ ਜਿਹੜੀਆਂ ਉਹ ਸੂਰਤਾਂ ਆਈਆਂ ਸੀ ਜਨਾਜ਼ਾ ਭਰਨ ਵਾਸਤੇ, ਇੰਨਾ ਕੁ ਜਨਾਜ਼ਾ ਉਹਦਾ ਹੋਇਆ। ਈਦ ਦਾ ਦਿਨ 'ਚ ਛੁੱਟੀ 'ਚ ਇੱਕ ਹੋਲਾ ਲੋਕ ਸੀ, ਉਹਦਾ ਜਨਾਜ਼ਾ ਹੀ ਬਹੁਤ ਹੋਇਆ। ਮੈਂ ਮਹੱਲੇ ਵਾਲਿਆਂ ਨੇ ਕਿਹਾ ਕਿ ਅਸੀਂ ਇਤਜਾਦ ਕਰਨਾ, ਕਿ ਅਸੀਂ ਇਹਦਾ ਇਨਸਾਫ ਲੈਣਾ। ਬਿਲਕੁਲ ਸਹੀ ਹੈ, ਸਹੀ ਗੱਲ ਕੀਤੀ। ਇਹ ਆਲਮ ਸਾਹਿਬ ਨੇ ਕਹਿਤਾ ਜੀ ਇੱਥੇ ਇਤਜਾਦ ਨਹੀਂ ਕਰਨਾ, ਇਹਨਾਂ ਨੇ ਕੋਈ ਆਪਣੇ ਸਿਵਲ ਬੰਦੇ ਲੈ ਕੇ ਅਤੇ ਜਨਾਜ਼ਾ ਚੁੱਕ ਕੇ ਅਤੇ ਦੌੜ ਲਾਈ। ਲੋਕਾਂ ਨੇ ਡੱਕਿਆ, ਮਹੱਲੇ ਵਾਲਿਆਂ ਨੇ ਕਿਹਾ ਕਿ ਅਸੀਂ ਤੁਹਾਡੇ ਖਿਲਾਫ਼ ਇਤਜਾਦ ਨਹੀਂ ਕਰਦੇ ਪਏ, ਅਸੀਂ ਗੌਰਮੈਂਟ ਅੱਗੇ ਇਤਜਾਦ ਕਰਨੇ ਆ ਕਿ ਸਾਨੂੰ ਇਨਸਾਫ਼ ਚਾਹੀਦਾ, ਇਨਸਾਫ਼ ਚਾਹੀਦਾ, ਸਾਨੂੰ ਮੁਜਰਮ ਚਾਹੀਦਾ। ਪੁਲਿਸ ਲਾਸ਼ ਲੈ ਕੇ ਭੱਜ ਗਈ ਨਾ, ਉਹਨਾਂ ਨੇ ਕਿਤੇ ਜਨਾਜ਼ਾ ਪੜਾਉਣਾ। ਫਿਰ ਮੇਰਾ ਮੁੰਡਾ ਵੀ ਅਤੇ ਮੁੰਡੇ ਕਿੰਨੇ ਮਹੱਲੇ ਦੇ, ਉਹ ਲੰਮੇ ਪੈ ਗਏ, ਉਹਨਾਂ ਕਿਹਾ ਇਹਨਾਂ ਨੂੰ ਦਫਨਾਉਣਾ ਨਾ ਅਤੇ ਸਾਨੂੰ ਵੀ ਨਾਲ ਦਫਨਾ ਵੋ। ਫਿਰ ਪੁਲਿਸ ਇਹ ਕਿਉਂ ਕਰ, ਇਹ ਅੱਲਾ ਜਾਣਦੇ, ਇਹ ਮੈਨੂੰ ਨਹੀਂ ਕੋਈ ਸਮਝ ਲੱਗੀ ਇਹਨਾਂ ਦੀ। ਫਿਰ ਉਹਨੇ ਇੰਝ ਕਰਕੇ ਨਾ ਮਈਏ 'ਤੇ ਹੱਥ ਰੱਖ ਕੇ ਕਹਿੰਦਾ ਮੈਨੂੰ ਇਹਦੀ ਕਸਮ ਲੱਗੇ, ਮੈਂ ਵੀ ਇਸ ਜਗ੍ਹਾ ਦੇ ਉੱਤੇ ਜਾਣਾ, ਮੈਂ ਤੁਹਾਡਾ 2 ਦਿਨਾਂ ਬਾਅਦ ਮੁਜਰਮ ਤੁਹਾਨੂੰ ਲੱਭ ਕੇ ਦਾਂਗਾ। 1.5 ਮਹੀਨਾ ਗੁਜ਼ਰ ਗਿਆ, ਮੁਜਰਮ ਲੱਭਿਆ। ਮੇਰਾ ਮੀਆਂ ਕਹਿਣ ਲੱਗਾ ਪਿੱਛੇ ਹਟ ਜਾਵੋ, ਸਾਰਿਆਂ ਨੂੰ ਕਹਿਤਾ ਕਿ ਦੇਖੋ ਇੰਨੀ ਖਲਕਤ ਦੇ ਵਿੱਚ ਮੇਰੇ ਮੀਆਂ ਨੇ ਉਹਦੀ ਗੱਲ ਮੰਨ ਲਈ ਪੁਲਿਸ ਵਾਲੇ ਦੀ, ਕਿ ਠੀਕ ਹੈ ਤੂੰ ਕੈਦ ਕਸਮ ਚੁੱਕ ਲਈ ਹੈ, ਮੁਸਲਮਾਨ ਮੈਂ ਤੇਰੀ ਕਸਮ 'ਤੇ ਯਕੀਨ ਕਰਨਾ। ਉਹਨੇ ਕਿਹਾ ਪਿੱਛੇ ਹਟ ਜਾਵੋ, ਜਨਾਜ਼ਾ ਜਾਣ ਦੇਵੋ, ਜਨਾਜ਼ਾ ਭਰਿਆ, ਜਨਾਜ਼ਾ ਦੇਵੋ। ਕੁੱਲਾਂ ਦਾ ਖਤਮ ਹੋਇਆ, IG ਵੀ ਆਇਆ, DIG ਅੱਜ ਰਾਤੇ ਬੈਠਦਾ, ਉਹ ਵੀ ਆਇਆ, ਖਾਲਦ ਗਰਾਇਆ ਵੀ ਆਇਆ, ਆਲਮ ਵੀ ਆਇਆ, ਸਾਰੇ ਆਏ ਨੇ। ਉਹਨਾਂ ਨੇ ਮਸਜਿਦ ਵਿੱਚ ਬਹਿ ਕੇ ਕਸਮ ਖਾ ਕੇ ਕਹੀਏ ਕਿ ਅਸੀਂ ਅੱਲਾ ਦੇ ਘਰ 'ਚ ਬਹਿ ਕੇ ਕਹਿੰਦੇ ਹਾਂ ਕਿ ਅਸੀਂ ਤੁਹਾਨੂੰ 2-4 ਦਿਨ ਦੇ ਵਿੱਚ ਮੁਜਰਮ ਦੇਵਾਂਗੇ। ਪਰ ਮੈਂ ਮੀਆਂ ਜਰਾਗਣਾ ਥੋੜ੍ਹਾ ਜਿਹਾ ਖਾਂਦਾ, ਪਰ ਮੈਂ ਜਦੀ ਮੈਂ ਆਪਣੇ ਦਿਲੋਂ ਸਾਫ਼ ਹਾਂ, ਮੈਂ ਮਾਂ ਹਾਂ, ਮੈਂ 9 ਮਹੀਨੇ ਰੱਖ ਕੇ ਮੈਂ ਬੱਚੇ 22 ਸਾਲਾਂ ਦੀ ਕੀਤੀ ਹੈ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਪਿਆ। ਮੇਰਾ ਦਿਲ ਕਰਦਾ ਮੇਰੇ ਸਾਹਮਣੇ ਆਵੇ, ਮੈਂ ਉਹਨੂੰ ਗੋਲੀ ਮਾਰਾਂ, ਉਹਦੇ 'ਤੇ ਟੋਟੇ ਕਰਾਂ, ਜਿਸ ਮੇਰੇ ਬੱਚੀ ਦੇ ਨਾਲ ਉਹਨੇ ਜ਼ੁਲਮ ਕੀਤਾ ਜਾਵੇ। ਇਹਨਾਂ ਨੇ ਕਸਮ ਖਾਧੀ ਹੈ ਕਿ ਅਸੀਂ ਤੁਹਾਨੂੰ ਦਾਂਗੇ, ਅੱਜ 1.5 ਮਹੀਨਾ ਹੋ ਗਿਆ, ਮੇਰੀ ਬੱਚੀ ਦਾ ਮੁਜਰਮ ਨਹੀਂ ਅੱਜ ਤੱਕ ਪੁਲਿਸ ਵਾਲੇ ਨੇ। ਸਿਰਫ ਝੂਠੀਆਂ ਹੀ ਸੀ, ਝੂਠੀਆਂ ਹੀ ਕਸਮਾਂ ਸੀ, ਪੁਲਿਸ 'ਤੇ ਮੈਂ ਕੀ ਇਤਬਾਰ ਕਰਾਂ। ਉਸ ਤੋਂ ਬਾਅਦ ਦੁਬਾਰਾ ਆਈ ਨਹੀਂ ਘਰ ਪੁਲਿਸ? ਇੱਕ ਵਾਰੀ ਨਹੀਂ ਆਈ ਮੇਰੇ ਘਰ, ਇੱਕ ਵਾਰੀ ਪੁਲਿਸ ਵਾਲੇ ਨਹੀਂ ਆਏ ਕਿ ਬਾਜੀ ਜਾਂ ਮਾਂ ਜੀ ਤੁਹਾਡਾ ਮੁਜਰਮ ਇਸ ਤਰ੍ਹਾਂ ਵੇ, ਤੁਸੀਂ ਜਾ ਕੇ ਤੁਸੀਂ ਵੀ ਪੁੱਛੋ ਗਿੱਛੋ ਕਿ ਕਿਸ ਤਰ੍ਹਾਂ ਕਰਨਾ ਮੈਂ, ਤੁਸੀਂ ਤੁਹਾਨੂੰ ਤੁਹਾਡੇ ਤੋਂ ਕਿਸੇ ਦਾ ਸ਼ੱਕ ਹੋਵੇ ਜਾਂ ਤੁਹਾਡੇ ਨਾਲ ਕਿਸੇ ਨੇ ਕੋਈ ਲੜਾਈ ਚੱਕ, ਤੁਸੀਂ ਕਹਿੰਦੇ ਕਿ ਤੁਹਾਡੀ ਦੁਸ਼ਮਣੀ, ਉਹਨਾਂ ਨੇ ਮੈਨੂੰ ਪੁੱਛਿਆ ਅਜੇ ਤੱਕ। ਅਤੇ ਕਿਸੇ ਨੂੰ ਪੁਲਿਸ ਨੇ ਫੜਿਆ ਵੀ ਨਹੀਂ? ਫੜਿਆ ਕਹਿੰਦੇ ਨੇ ਜੀ ਫੜਿਆ, ਕੋਈ ਨਹੀਂ ਫੜਿਆ। ਉਸ ਦਿਨ 3 ਬੰਦੇ ਮੈਨੂੰ ਇਹਨੂੰ ਮੇਰੇ ਮੀਆਂ ਨੂੰ ਇਕੱਲੇ ਨੂੰ ਲੈ ਕੇ ਜਾਂਦੇ ਨੇ, ਮੀਆਂ ਇਕੱਲਾ ਵੇ ਦੇਖਿਆ ਰੋਂਦਾ ਪਿਆ, ਉਹ ਤਾਂ ਇੰਨਾ ਕੁ ਗਮ 'ਚ ਭਰਿਆ ਕਿ ਦਿਨੇ ਰਾਤੀ ਰੋਂਦਾ, ਮਹੀਨਾ ਉਹ ਚਲਾ ਉਹਨੇ ਦੁਕਾਨ 'ਤੇ ਨਹੀਂ ਵੇਖਿਆ ਅੱਜ ਤੱਕ ਜਾ ਕੇ, ਅਸੀਂ ਕਰਜ਼ੇ ਚੁੱਕ ਚੁੱਕ ਕੇ ਖਾਈ ਜਾਂਦੇ ਪਏ ਹਾਂ, ਜਾਂ ਸਾਡਾ ਬੱਚਾ ਥੋੜ੍ਹਾ ਜਿਹਾ ਮਾਲਕਾਂ ਕੋਲੋਂ ਲਿਆ ਲਿਆ ਕੇ ਦਿੰਦਾ ਪਿਆ ਅਤੇ ਅਸੀਂ ਖਾਂਦੇ ਪਏ ਹਾਂ। ਸਾਡੇ ਨਾਲ ਕਿਸੇ ਨੇ ਇਮਦਾਦ ਵੀ ਨਾ ਕੀਤੀ ਤਾਂ ਸਾਨੂੰ ਕਿੰਨਾ ਮੈਂ ਉਹ ਬਾਹਰ ਗਏ ਹਾਂ ਤਾਂ 20 ਲੱਖ ਰੁਪਈਆ ਲੈ ਕੇ ਤੁਸੀਂ ਸੁਲਾਹ ਕਰ ਲਈਏ। ਮੈਂ ਕਿਹਾ ਕਿੰਨੀ 20 ਲੱਖ ਰੁਪਈਆ ਲੈ ਕੇ ਸੁਲਾਹ ਕਰ ਲਈਏ,
ਮੈਂ ਕਿਹਾ ਮੈਂ ਵੀ ਮੈਂ ਆਪਣਾ ਮਕਾਨ ਵੇਚ ਕੇ ਉਹਨਾਂ ਨੂੰ ਬਾਈ ਦਿੰਦੀ ਹਾਂ, ਮੈਨੂੰ ਵੀ ਕੁੜੀ ਦਾ ਮੈਂ ਵੀ ਅੱਜ ਕਰਕੇ ਸੁੱਟ ਦਿੰਦੀ ਹਾਂ ਅਤੇ ਮੇਰੀ ਮੁਜਰਮ ਪੂਰਾ ਹੋ ਜਾਂਦਾ। ਮਾਂ ਜੀ ਰਾਬੀਆ ਦੇ ਨਾਲ ਆਖਰੀ ਵਾਰੀ ਕੀ ਗੱਲ ਹੋਈ ਸੀ, ਕੀ ਕਹਿ ਕੇ ਤੁਹਾਨੂੰ ਜਿਹੜੀ ਕਿ ਯਾਦ ਆਉਂਦੀ ਵੀ? ਯਾਦ ਮੈਨੂੰ ਇਹੀ ਆਉਂਦੀ ਹੈ, ਮੈਂ ਕਿਹਾ ਰਾਬੀਆ ਕਿੱਥੇ ਚੱਲੀ ਹੈ ਅਤੇ ਮੈਂ ਕਿਹਾ ਬਾਹਰ ਨਹੀਂ ਜਾਈਦਾ, ਤੁਹਾਨੂੰ ਨਹੀਂ ਪਤਾ ਭੈਣਾਂ ਦੇ ਘਰਾਂ 'ਚ ਨਹੀਂ ਜਾਈਦਾ। ਕਹਿੰਦੀ ਹੈ ਮਰ ਜਾਓ ਮਰ ਜਾਓ, ਇਹ ਕਹਿ ਕੇ ਟੁਰ ਗਈ। ਮਾਂ ਆਪ ਗਈ ਹੈ ਮਾਰਦੀ ਸਾਨੂੰ ਸੀ, ਮਾਂ ਆਪ ਗਈ ਹੈ ਦੂਸਰੀ ਬੱਚੀਆਂ ਨੇ, ਇਹ ਵੀ ਤੇ ਉਹਨੂੰ ਯਾਦ ਕਰਦੀਆਂ ਹੋਣਗੀਆਂ, ਲੱਭਦੀਆਂ ਹੋਣਗੀਆਂ। ਬੜੀ ਪਰੇਸ਼ਾਨ ਹੈ, ਇਹ ਰੋਂਦੀਆਂ ਨੇ, ਇਹਨੇ ਅਗਲੇ ਦਿਨ ਮੈਨੂੰ ਵੀ ਮਾਰਿਆ ਐਸੇ ਗੱਲ ਤੋਂ ਮਾਰਿਆ ਕਿ ਉਹਨੂੰ ਨਜ਼ਰ ਨਹੀਂ ਆਉਂਦੀ। ਇਹੀ ਕਹਿੰਦੀ ਬੂ ਆਇਆ ਬੂ ਆਇਆ ਬੂ, ਕਿੱਥੋਂ ਮੈਂ ਬੋਲ ਨਹੀਂ ਸਕਦੀਆਂ, ਇਹ ਉਹਨੂੰ ਸਿਰਫ ਬੂ ਕਹਿੰਦੀਆਂ। ਉਹ ਮਾਫੀਆ ਕਹਿ ਲੈਂਦੀ ਸੀ, ਥੋੜ੍ਹਾ ਬਹੁਤਾ ਕਹਿ ਲੈਂਦੀ ਸੀ, ਅੰਮੀ ਅੱਬੂ ਕਹਿ ਲੈਂਦੀ ਸੀ, ਮਾਮੂ ਕਹਿੰਦੀ ਸੀ, ਹਰ ਬੰਦੇ ਨੂੰ ਮਾਮੂ ਕਹਿਣਾ, ਮਾਮੂ ਦੇ ਇਹ ਕਹਿੰਦੀ। ਮਾਂ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਇਹ ਚਾਹੁੰਦੇ ਹਾਂ ਸਾਨੂੰ ਇਨਸਾਫ਼ ਚਾਹੀਦਾ, ਸਾਨੂੰ ਇਨਸਾਫ਼ ਚਾਹੀਦਾ, ਸਾਨੂੰ ਮੁਜਰਮ ਲੱਭ ਕੇ ਦੇਣ, ਜਿੱਥਾਂ ਵਾਅਦਾ ਕਸਮਾਂ ਖਾਧੀਆਂ ਨੇ ਪੁਲਿਸ ਨੇ ਕਿ ਮੈਂ ਮੁਜਰਮ ਦਾ ਮੁਜਰਮ ਦੇਣ ਸਾਨੂੰ। ਅਜੇ ਬਿਲਕੁਲ ਨਾਜ਼ਰੀਨ ਆਪਣੇ ਸਾਰੀ ਕਹਾਣੀ ਸੁਣੀ ਕਿ ਕਿਸ ਤਰ੍ਹਾਂ ਸੇ ਪੁਲਿਸ ਨੇ ਇਸ ਮਾਮਲੇ ਕੋ ਦਫਨ ਕੀਆ, ਇਸ ਮਾਸੂਮ ਬੱਚੀ ਕੀ ਲਾਸ਼ ਕੋ ਕਿਸ ਤਰ੍ਹਾਂ ਸੇ ਤਦਫੀਨ ਕੀ, ਝੂਠੀ ਕਸਮਾਂ ਖਾ ਕਰ ਕਿ ਹਮ ਆਪਕੇ ਮੁਲਜ਼ਮਾਨ ਕੋ ਦੋ ਦਿਨ ਮੇਂ ਗ੍ਰਿਫਤਾਰ ਕਰ ਲੇਂਗੇ। ਆਜ ਤਕਰੀਬਨ 1.5 ਮਾਹ ਗੁਜ਼ਰ ਗਿਆ, ਨਾ ਤੋ ਪੁਲਿਸ ਕਾ ਕੋਈ ਅਹਲਕਾਰ ਇਨਕੇ ਘਰ ਆਇਆ, ਇਨਕੇ ਸਾਥ ਦਾਦਰਸੀ ਕੀ ਹੋ, ਇਨਕੋ ਤਸੱਲੀ ਦੀ ਹੋ, ਇਨਕੋ ਹੌਸਲਾ ਦੀਆ ਹੋ ਕਿ ਹਮ ਕਾਮ ਕਰ ਰਹੇ ਹਾਂ, ਮੁਲਜ਼ਮਾਨ ਕੋ ਜਲਦ ਗ੍ਰਿਫਤਾਰ ਕਰ ਲੇਂਗੇ। ਇਨਕਾ ਸਿਰਫ ਇਤਨਾ ਸਾ ਮੁਤਾਲਬਾ ਹੈ ਕਿ ਹਮੇ ਇਨਸਾਫ਼ ਚਾਹੀਏ, ਹਮੇ ਰਾਬੀਆ ਕੇ ਕਾਤਲੋਂ ਕੀ ਗ੍ਰਿਫਤਾਰੀ ਚਾਹੀਏ, ਹਮੇ ਔਰ ਕੁਛ ਨਹੀਂ ਚਾਹੀਏ। ਯੇ ਗਰੀਬ ਲੋਕ ਹੈ, ਯੇ ਕਹਿ ਵੀ ਕੁਛ ਨਹੀਂ ਸਕਤੇ, ਯੇ ਕੋਈ ਔਰ ਇਨਕਾ ਬੜਾ ਮੁਤਾਲਬਾ ਵੀ ਨਹੀਂ ਹੈ। ਯੇ ਮਾਸੂਮ ਬੱਚੀਆਂ ਜੋ ਅੱਲਾ ਲੋਕ ਸਾਈਂ ਲੋਕ ਬੱਚੀਆਂ ਹੈ, ਕਿਸ ਤਰ੍ਹਾਂ ਸੇ ਇਨਕੀ ਪਰਵਰਿਸ਼ ਕਰ ਰਹੇ ਹੈ ਯੇ ਗਰੀਬ ਖਾਨਦਾਨ, ਯੇ ਯਹੀ ਜਾਣਤੇ ਹੈ। ਏਕ ਮਾਹ ਸੇ ਰਾਬੀਆ ਕਾ ਵਾਲਦ ਸਾਰੇ ਕਾਮ ਕਾਜ ਛੋੜ ਕਰ ਆਪਣੀ ਬੱਚੀ ਕੇ ਕੇਸ ਕੇ ਪਿੱਛੇ ਲਗਾ ਹੁਆ ਹੈ, ਸੋਚੇ ਕਿ ਜ਼ਿੰਦਗੀ ਕੇ ਜੋ ਨਿਜ਼ਾਮ ਹੈ ਵੋ ਕੈਸੇ ਚਲਾ ਰਹੇ ਹੋਂਗੇ। ਖੁਦਾ ਰਾ ਆਪਸੇ ਗੁਜ਼ਾਰਿਸ਼ ਹੈ ਕਿ ਇਸ ਕਤਲ ਕੇ ਮੁਲਜ਼ਮਾਨ ਕੋ ਜਲਦ ਸੇ ਜਲਦ ਗ੍ਰਿਫਤਾਰ ਕਰੇ ਔਰ ਇਨਕੋ ਇਬਰਤਨਾਕ ਸਜ਼ਾ ਦੀ ਜਾਏ। ਇਜਾਜ਼ਤ ਚਾਹੂੰਗਾ, ਅੱਲਾ ਨੇ ਕੇ ਬਾਅਦ।